ਸਸ਼ਿਕਾ ਜੀ ਬਾਜੀ ਟੀਵੀ ਵੇਖ ਰਹੇ ਹਾਂ ਤੁਸੀਂ ਤੇ ਮੈਂ ਜਸਦੀ ਬੜੈਚ ਸੋ ਦੋਸਤੋ ਅੱਜ ਬਹੁਤ ਖਾਸ ਮੁਲਾਕਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਹਾਰਟ ਦੇ ਡਾਕਟਰ ਨੇ ਡਾਕਟਰ ਅਸ਼ਵਨੀ ਬੰਸਲ ਜੀ ਮੌਜੂਦ ਨੇ ਸੋ ਦੋਸਤੋ ਹਾਰਟ ਨੂੰ ਸਪੈਸ਼ਲ ਨੇ ਡਾਕਟਰ ਨੇ ਸੋ ਅੱਜ ਇਹਨਾਂ ਦੀ ਖਾਸ ਗੱਲ ਦੱਸਣੇ ਕਿ ਇਹਨਾਂ ਨੇ ਬੱਚੀ ਦਾ ਆਪਰੇਟ ਕੀਤਾਗਾ ਔਰ ਕਹਿ ਸਕਦੇ ਕਿ ਸਾਡੇ ਨਾਰਥ ਇੰਡੀਆ ਦੇ ਵਿੱਚੋਂ ਪਹਿਲਾ ਆਪਰੇਟ ਆ ਜਿਹੜਾ ਇਹਨਾਂ ਨੇ ਇੱਕ ਰਿਸਕ ਤੇ ਕੀਤਾ ਔਰ ਹੁਣ ਉਹ ਜਿਹੜਾ ਆਪਰੇਟ ਆ ਉਹ ਇੱਕ ਸਕਸੈਸਫੁਲ ਹੋਇਆ ਔਰ ਰਿਸਕ ਤੋਂ ਬਾਹਰ ਹੋਇਆਗਾ ਕੀ ਕਿਦਾਂ ਦਾ ਆਪਰੇਟ ਕੀਤਾ ਉਹ ਗੱਲਾਂ ਸਰ ਜਿੱਦਾਂ ਆਪਾਂ ਆਫ ਦੀ ਕੈਮਰਾ 'ਪਾ ਗੱਲ ਕਰ ਰਹੇ ਸੀ ਕਿ ਨਾ ਕਿ ਤੁਸੀਂ 5 ਸਾਲ ਦੀ ਬੱਚੀ ਦਾ ਹਾਰਟ ਦਾ ਆਪਰੇਟ ਕੀਤਾ ਨਾ ਹਾਲਾਂਕਿ ਹਾਰਟ ਦਾ ਆਪਰੇਟ ਆਪਾਂ ਦੇਖਦੇ ਕਿ ਇੱਥੇ ਛਾਤੀ ਤੇ ਕੀਤਾ ਜਾਂਦਾ ਹਾਂ ਹਾਂ ਤੇ ਉਹ ਤੁਸੀਂ ਸਾਈਡ ਤੇ ਆਪਰੇਟ ਕੀਤਾਗਾ ਇਹ ਪਹਿਲੀ ਵਾਰੀ ਹੋਇਆ ਹਨਾ ਕਿ ਜੇ ਆਪਾਂ ਆਪਰੇਟ ਉਹਨਾਂ ਦਾ ਇੱਥੇ ਹੁੰਦਾ ਤਾਂ ਮੈਨੂੰ ਲੱਗਦਾ ਕਿ ਮੈਰਿਜ ਤੋਂ ਬਾਅਦ ਜਦੋਂ ਆਫਟਰ ਹਨਾ ਕੋਈ ਵੱਡੇ ਹੋਣਾ ਸੀ ਉਹਨਾਂ ਤਾਂ ਇਹ ਪ੍ਰੋਬਲਮ ਆ ਸਕਦੀ ਸੀ ਕਿੱਦਾਂ ਇਹ ਤੁਸੀਂ ਸੰਭਵ ਹੋਇਆ ਚੀਜ਼ ਸਾਰਾ ਸਾਨੂੰ ਦੱਸੋ ਦੇਖੋ ਜੋ ਏ ਟੈਕਨੀਕ ਹੈਗੀ ਇਸ ਨੂੰ ਕਹਿੰਦੇ ਆ ਅਸੀਂ ਟਰਾਂਸ ਐਕਜ਼ਿਲਰੀ ਮਿਨਿਮਲ ਇਨਵੇਸਿਵ ਕਾਰਡਿਕ ਸਰਜਰੀ ਟਰਾਂਸ ਐਕਜ਼ਿਲਰੀ ਮਿਕਸ ਆਪਰੇਸ਼ਨ ਇਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਹੱਡੀ ਨਹੀਂ ਕੱਟੀ ਜਾਂਦੀ ਤੇ ਛੋਟਾ ਜਿਹਾ 6 ਸੈਂਟੀਮੀਟਰ ਦਾ ਕੱਟ ਐਕਜ਼ਿਲਾ ਤੇ ਹੁੰਦਾ ਹੈ ਆਗਰ ਬੱਚਾ ਹੱਥ ਉਠਾਏਗਾ ਤਾਂ ਕੱਟ ਦਿਖਾਈ ਦੇਗਾ ਅਗਰ ਹੱਥ ਨਹੀਂ ਉਠਾਏਗਾ ਤਾਂ ਕੋਈ ਕੱਟ ਦਿਖਾਈ ਨਹੀਂ ਦੇਗਾ ਕੋਈ ਹੱਡੀ ਨਹੀਂ ਹੱਡੀ ਨਹੀਂ ਕੱਟੀ ਜਾਂਦੀ ਤੇ ਦਰਦ ਨਹੀਂ ਹੁੰਦਾ ਬੱਚੇ ਦੀ ਰਿਕਵਰੀ ਫਾਸਟ ਰਹਿੰਦੀ ਹੈ ਤੇ ਡੇ 1 'ਚ ਬੱਚਾ ਕੋਈ ਪਾਈਪ ਆ ਵਾਈਪ ਸਭ ਕੱਟ ਨਿਕਾਲ ਦਿੱਤੀ ਸੀ ਅਸੀਂ ਉਹ ਬੱਚਾ ਨਾਰਮਲ ਸੀਗਾ ਡੇ 3 ਤੇ ਘਰ ਚਲਾ ਗਿਆ ਸੀਗਾ ਬੱਚਾ ਕਿਦਾਂ ਸੰਭਵ ਹੋਇਆ ਜਿੱਦਾਂ ਕਿ ਤੁਸੀਂ ਉਹਪਰੇਟ ਅੱਜ ਤੱਕ ਆਪਾਂ ਜਿੰਨੇ ਸੁਣਿਆ ਹਨ ਵੀਪਰੇਟ ਇੱਥੇ ਸੱਤੀ ਦਾ ਹੀ ਹੁੰਦਾਗਾ ਤੇ ਤੁਸੀਂ ਕੀ ਤੁਹਾਨੂੰ ਰਿਸਕ ਪੈਕਟ ਲੱਗਿਆ ਵੀ ਜੇ ਇੱਥੇ ਬੱਚੇ ਦਾ ਆਪਰੇਟ ਹੋਇਆ ਤਾਂ ਇਹਨੂੰ ਵੱਡੇ ਹੋ ਕੇ ਆ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਅਗਰ ਅਸੀਂ ਸਾਹਮਣੇ ਤੋਂ ਆਪਰੇਸ਼ਨ ਕਰਦੇ ਹਾਂ ਜਿਸ ਨੂੰ ਅਸੀਂ ਸਟਨੋਟਮੀ ਕਹਿੰਦੇ ਆ ਉਹਦੇ ਵਿੱਚ ਲੰਬਾ ਕਰੀ 15 ਤੋਂ 20 ਸੈਂਟੀਮੀਟਰ ਦਾ ਸਕਾਰ ਆਉਂਦਾ ਹੈ ਉਹ ਸਕਾਰ ਕਿਉਂਕਿ ਇੱਥੇ ਦੀ ਸਕਿਨ ਟਾਈਟ ਰਹਿੰਦੀ ਹੈ ਤਾਂ ਜਦ ਬੱਚਾ ਗਰੋ ਹੋਏਗਾ ਤਾਂ ਸਕਾਰ ਧੀਰੇ ਧੀਰੇ ਵੱਧਦਾ ਹੈਗਾ ਹੈ ਨਾ ਤੇ ਉਹ ਪ੍ਰੋਮਿਨੈਂਟ ਵੀ ਹੁੰਦਾ ਹੈ ਤਾਂ ਉਸ ਦਾ ਬੱਚੇ ਨੂੰ ਸੋਸ਼ਲ ਇੰਪੈਕਟ ਵੀ ਹੈਗਾ ਬੱਚਾ ਵੱਡਾ ਹੋਏਗਾ ਸ਼ੀਸ਼ੇ ਨੂੰ ਦੇਖੇਗਾ ਤਾਂ ਉਹਨਾਂ ਨੂੰ ਹਮੇਸ਼ਾ ਇਹ ਲੱਗੇਗਾ ਕਿ ਬੱਚੇ ਨੂੰ ਬਿਮਾਰੀ ਸੀਗੀ ਔਰ ਹੁਣੇ ਵੀ ਉਹ ਸਕਾਰ ਜੋ ਹੈ ਉਹ ਲਾਈਫ ਟਾਈਮ ਬੱਚੇ ਦੇ ਸਾਥ ਹੈਗਾ ਤੇ ਮੈਰਿਜ ਤੇ ਵੀ ਪ੍ਰੋਬਲਮ ਹੋ ਸਕਦੀ ਹੈ ਅਗਰ ਕੋਈ ਬੱਚਾ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਹੈ ਜਿੱਥੇ ਕੁਝ ਕੁਝ ਇੱਥੇ ਵੀ ਵਿਜ਼ੀਬਿਲਟੀ ਵੀ ਰਹੇ ਹਮੇਸ਼ਾ ਤਾਂ ਅਸੀਂ ਚਾਹੁੰਦੇ تھے ਕਿ ਬੱਚੇ ਦੀ ਬਿਮਾਰੀ ਵੀ ਠੀਕ ਕਰੀਏ ਉਸ ਦਾ ਸੋਸ਼ਲ ਤੇ ਮੈਂਟਲ ਇੰਪੈਕਟ ਵੀ ਨਾ ਹੋਏ ਬੱਚੇ ਨੂੰ ਤੇ ਇਹਦੇ ਬੱਚਾ ਨਾਰਮਲ ਜ਼ਿੰਦਗੀ ਜੀ ਸਕੇ ਤਾਂ ਇਸ ਕਰਕੇ ਨਈ ਨਈ ਟੈਕਨੀਕਸ ਆ ਰਹੀਆਂ ਨੇ ਨਈ ਇਨਸਟਰੂਮੈਂਟਸ ਆ ਰਹੇ ਨੇ ਉਸ ਕਰਕੇ ਅਸੀਂ ਹਾਰਟ ਨੂੰ ਇਥੋਂ ਹੀ ਅਪਰੋਚ ਕਰ ਸਕਦੇ ਹਾਂ ਹੈ ਨਾ ਤਾਂ ਕੋਈ ਵੀ ਕਟ ਅਗਰ ਬੱਚਾ ਸਿੱਧਾ ਹੱਥ ਕਰਕੇ ਖੜਿਆ ਹੈ ਤਾਂ ਕੋਈ ਸਾਹਮਣੇ ਤਾਂ ਦਿਖਦਾ ਵੀ ਨਹੀਂ ਹੈਗੀ ਕੋਈ ਕਟ ਹੈਗਾ ਤਾਂ ਮੈਰਿਜ ਮੈਰਿਜ ਦੇ ਟਾਈਮ ਦੀ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਪੇਨ ਵੀ ਕਮ ਹੈ ਰਿਕਵਰੀ ਵੀ ਫਾਸਟ ਹੈ ਤਾਂ ਸਾਡੀ ਟੀਮ ਨੂੰ ਲੱਗਦਾ ਹੈ ਇਹੀ ਰੂਟੀਨ ਟੈਕਨੀਕ ਹੋਣੀ ਚ ਮਾਧਿਮ ਨਾਲ ਅਸੀਂ ਇਹ ਸੂਚਨਾ ਦੇਣਾ ਚਾਹੁੰਦੇ ਹਾਂ ਕਿ ਸਾਰੇ ਜੋ ਸਾਡੇ ਸਾਥੀ ਡਾਕਟਰ ਹੈ ਉਹ ਵੀ ਇਸ ਟੈਕਨੀਕ ਨੂੰ ਅਪਣਾਏ ਤੇ ਪੇਸ਼ੈਂਟ ਵੀ ਇਸ ਚੀਜ਼ ਦਾ ਫਾਇਦਾ ਲੈ। ਸੱਚ ਜਦਾਂ ਕਿ ਨਾਰਥ ਨੈਸ ਪਹਿਲੀ ਵਾਰੀ ਇਦਾਂ ਦਾ ਆਪਰੇਟ ਹੋਇਆ ਹੈ ਨਾ ਮਤਲਬ ਇਸ ਤੋਂ ਪਹਿਲਾਂ ਕਿਸੇ ਦੇ ਜੈਂਟਸ ਨਹੀਂ ਆਇਆ ਵੀ ਇਦਾਂ ਦਾ ਆਪਰੇਟ ਅਸੀਂ ਇੱਥੋਂ ਕਰ ਸਕਦੇ। ਨਹੀਂ ਮਿਨਿਮਲ ਇਨਵੇਸਿਵ ਸਰਜਰੀ ਹੋਰ ਵੀ ਸੈਂਟਰਸ ਕਰਦੇ ਹੈਗੇ ਬਟ ਉਹ ਟੈਕਨੀਕ ਦੇ ਵਿੱਚ ਇੱਥੇ ਸਾਹਮਣੇ ਘਟ ਆਂਦਾ ਹੈ। ਅਨਾ ਉਬਰੇਸ ਦੇ نیچے ਕੱਟ ਦਿੰਦੇ ਆ ਉਸ ਨੂੰ ਥੋਰੈਕਟੋਮੀ ਕਹਿੰਦੇ ਆ ਬਟ ਜੋ ਇਹ ਟ੍ਰਾਂਸ ਐਕਜ਼ਿਲਰੀ ਟੈਕਨੀਕ ਹੈ ਜਿਹਦੇ ਵਿੱਚ ਇੱਥੇ ਸਾਹਮਣੇ ਵੀ ਕੋਈ ਕਟ ਨਹੀਂ ਆ ਰਹਾ ਤੇ ਸਾਈਡ ਤੇ ਚਲੇ ਗਏ ਹੈਗੇ ਇਹ ਟੈਕਨੀਕ ਪਹਿਲੀ ਵਾਰ ਹੀ ਹੋਈ ਹੈਗੀ ਸਾਊਥ ਦੇ ਵਿੱਚ ਦੋ ਤਿੰਨ ਸੈਂਟਰ ਹੈਗੇ ਜੋ ਇਸ ਤਰ੍ਹਾਂ ਦੀ ਟੈਕਨੀਕ ਕਰਦੇ ਆ ਅਸੀਂ ਇਹ ਮਿਲਦੇ ਰਹਿੰਦੇ ਆ ਲੋਕਾਂ ਨੂੰ ਅਸੀਂ ਮੈਂ ਵਿੱਚ ਵਿੱਚ ਯੂਰਪ ਚ ਵੀ ਗਿਆ ਸੀਗਾ ਟ੍ਰੇਨਿੰਗ ਵਾਸਤੇ ਸਾਡੀ ਕਾਨਫਰੰਸ ਸੀਗੀ ਚ ਨਈ ਦੇ ਵਿੱਚ ਵੀ ਅਸੀਂ ਉਹਦੇ ਵਿੱਚ ਮਿਲਦੇ ਆ ਲੋਕਾਂ ਨੂੰ ਡਿਸਕਸ ਕਰਦੇ ਆ ਕਿ ਅੱਛਾ ਇਸ ਤਰ੍ਹਾਂ ਦੀ ਟੈਕਨੀਕ ਵੀ ਪੋਸੀਬਲ ਹੈਗੀ ਕੋਈ ਇਨਸਟਰੂਮੈਂਟ ਜੋ ਨਹੀਂ ਚਾਹੀਦੇ نئی ਜ਼ਰੂਰਤ ਹੈ ਕਿ ਉਹ ਲੈ ਕੇ ਆਂਦੇ ਆ ਤਾਂ ਫਿਰ ਪੇਸ਼ੈਂਟ ਨੂੰ ਫਾਇਦਾ ਕਰਦੇ ਆ ਉਸ ਉਸ ਹਿਸਾਬ ਨਾਲ ਤੁਹਾਨੂੰ ਕਿੰਨਾ ਰਿਸਪੈਕਟ ਲੱਗਿਆ ਸੀਗੇ ਇੱਥੇ ਆਪਰੇਟ ਕਰਦਾਂਗਾ ਤੁਹਾਡੇ ਕੀ ਸੀਗਾ ਜਹਨ ਦੇ ਵਿੱਚ ਆ ਕੋਈ ਵੀ ਨਵੀਂ ਟੈਕਨੀਕ ਕਰੋ ਤਾਂ ਥੋੜਾ ਜੋ ਮੁਸ਼ਕਿਲ ਹੁੰਦਾ ਹੈ ਥੋੜੀ ਮੁਸ਼ਕਿਲਾਂ ਆਂਦੀ ਹੈ ਬਟ ਇਹ ਟੈਕਨੀਕ ਉਨੇ ਮੁਸ਼ਕਿਲ ਨਹੀਂ ਸੀਗੀ ਕਿਉਂਕਿ ਬੱਚਿਆਂ ਦੇ ਵਿੱਚ ਹੱਡੀਆਂ ਜੋ ਹੁੰਦੀਆਂ ਉਹ ਸੌਫਟ ਹੁੰਦੀਆਂ ਹਨ ਅਗਰ ਇਨਸਟਰੂਮੈਂਟ ਨਾਲ ਲੱਸੀ ਉਸ ਨੂੰ ਅਗਰ ਸਪੇਸ ਬਣਾਉਂਦੇ ਹਨ ਤਾਂ ਜ਼ਿਆਦਾ ਸਪੇਸ ਮਿਲਦਾ ਹੈ بڑے ਪੇਸ਼ੈਂਟ ਦੇ ਮੁਕਾਬਲੇ ਤਾਂ ਹਾਰਡ ਨੂੰ ਅਪਰੋਚ ਕਰਨਾ ਉਨਾ ਮੁਸ਼ਕਿਲ ਨਹੀਂ ਸੀਗਾ ਅਗਰ ਤੁਹਾਡੇ ਕੋਲ ਕੁਝ ਇੰਪੋਰਟੈਂਟ ਇਨਸਟਰੂਮੈਂਟ ਹੈਗੇ ਤਾਂ ਹਾਰਡ ਨੂੰ ਅਪਰੋਚ ਕੀਤਾ ਜਾ ਸਕਦਾ ਹੈ ਔਰ ਆਪਰੇਸ਼ਨ ਜ਼ਿਆਦਾ ਮੁਸ਼ਕਿਲ ਨਹੀਂ ਸੀਗਾ ਔਰ ਬੱਚੇ ਨੂੰ ਕਾਫੀ ਲੌਂਗ ਟਰਮ ਲਾਈਫਲੌਂਗ ਫਾਇਦਾ ਰਹੇਗਾ ਉਸ ਦਾ ਮੇਜਰ ਕੀ ਪ੍ਰੋਬਲਮ ਸੀ ਬੱਚੇ ਨੂੰ ਜਦੋਂ ਉਸ ਦੀ ਹੱਡ ਦੀ ਕੀ ਸੀ 하트 ਦੇ ਵਿੱਚ ਬੜਾ ਹੋਲ ਸੀਗਾ ਉਸ ਨੂੰ ਏਜीडी ਕਹਿੰਦੇ ਆਂ ਕਰੀਬ 2.5 ਸੈਂਟੀਮੀਟਰ ਦਾ ਹੋਲ ਸੀਗਾ ਜਿਸ ਕਰਕੇ ਬੱਚੇ ਬੱਚੇ ਦਾ ਹਾਰਟ ਦਾ ਸਾਈਜ਼ ਵੜਾ ਹੋ ਗਿਆ ਸੀਗਾ ਨਾਰਮਲ ਤੋਂ 3 ਗੁਣਾ ਸਾਈਜ਼ ਹੋ ਗਿਆ ਸੀਗਾ ਹਾਰਟ ਦਾ ਤਾਂ ਉਸ ਕਰਕੇ ਲੰਗਸ ਦਾ ਪ੍ਰੈਸ਼ਰ ਵੀ ਵੱਧ ਰਿਹਾ ਸੀ ਬੱਚੇ ਦੀ ਗ੍ਰੋਥ ਪ੍ਰੋਪਰ ਨਹੀਂ ਸੀ ਵਜਨ ਘਟ ਸੀ ਖਾਣਾ ਪ੍ਰੋਪਰ ਨਹੀਂ ਖਾਂਦਾ ਸੀ ਬੱਚਾ ਤੇ ਬਾਰ-ਬਾਰ ਪਾਣੀ ਪੀਂਦਾ ਰਹਿੰਦਾ ਸੀਗਾ ਹਾਰਟ ਹਾਰਟ ਨੂੰ ਜ਼ਿਆਦਾ ਕੰਮ ਕਰਨ ਵਾਸਤੇ ਤਾਂ ਇਹ ਸਾਰੀ ਪ੍ਰੋਬਲਮ ਬੱਚੇ ਦੇ ਮਾਪੇ ਨੂੰ ਸ਼ੱਕ ਹੋਇਆ ਉਹਨਾਂ ਨੇ ਇੱਕੋ ਕਰਾਇਆ ਕਿਸੇ ਡਾਕਟਰ ਦੀ ਸਲਾਹ ਤੇ ਬਾਅਦ ਤਾਂ ਉਸ ਦੇ ਵਿੱਚ ਇਹ ਬਿਮਾਰੀ ਨਿਕਲੀ ਕਿੱਦਾਂ ਹਨ ਜੇ ਹਾਰਟ ਦੀ ਅੱਜ ਕੱਲ ਬਹੁਤ ਸਾਰੀਆਂ ਪ੍ਰੋਬਲਮ ਐਦਾਂ ਆਉਂਦੀਆਂ ਨੇ ਹਨਾ ਅਸੀਂ ਅਨਗੋਲੇ ਕਰਦੇ ਨੇ ਇਗਨੋਰ ਕਰਦੇ ਨੇ ਆਨੇ ਇੱਕ ਤਰ੍ਹਾਂ ਦੇ ਨਾਲ ਕੀ ਲੱਗਦਾ ਤੁਹਾਨੂੰ ਕਿ ਕੀ ਲੱਛਣ ਕੀ ਨੇ ਮੇਨ ਕੀ ਕਾਦੇ ਕਾ ਕਿਸਮ ਦੀ ਹਾਰਟ ਦੀਆਂ ਪ੍ਰੋਬਲਮਾਂ ਆਉਂਦੀਆਂ ਦੇਖੋ ਜਿਸ ਤਰ੍ਹਾਂ ਦੀ ਗੱਲ ਤੁਸੀਂ ਕਹਿ ਰਹੇ ਹੋ ਕਿ ਹਾਰਟ ਦੀ ਪ੍ਰੋਬਲਮ ਜੋ بڑے ਪੇਸ਼ੈਂਟ ਨੂੰ ਹੁੰਦੀ ਹੈ ਐਡਲਟ ਨੂੰ ਕਿ ਹਾਰਟ ਅਟੈਕ ਆ ਗਏ ਜਾਂ ਹਾਰਟ ਦੇ ਵੈਲਵ ਦੀ ਪ੍ਰੋਬਲਮ ਹੋ ਗਈ ਉਹਦੇ ਵਿੱਚ ਡਾਈਟਰੀ ਪੈਟਰਨ ਕਾਫੀ ਇੰਪੋਰਟੈਂਟ ਹੈਗਾ ਕਿ ਅਗਰ ਡਾਈਟ ਦੇ ਵਿੱਚ ਅਗਰ ਅਸੀਂ ਐਨੀਮਲ ਫੈਟ ਜ਼ਿਆਦਾ ਲੈ ਰਹੇ ਹਾਂ ਤਲਾਵ ਖਾਣਾ ਜ਼ਿਆਦਾ ਲੈ ਰਹੇ ਹਨ ਰਾਤੀ ਜ਼ਿਆਦਾ ਹੈਵੀ ਖਾਣਾ ਖਾ ਰਹੇ ਹਨ ਤੇ ਐਕਸਰਸਾਈਜ਼ ਕਮ ਕਰ ਰਹੇ ਹਨ ਹੈਨਾ ਜਾਂ ਨਹੀਂ ਕਰ ਰਹੇ ਤਾਂ ਉਸ ਕਰਕੇ ਉਹ ਫੈਟ ਸਾਰਾ ਜਮਾ ਹੋ ਜਾਂਦਾ ਹੈ ਬੋਡੀ ਚ ਦੇ ਹਾਰਟ ਦੀ ਆਰਟਰੀ ਦੇ ਵਿੱਚ ਜਮਾ ਹੋ ਜਾਂਦਾ ਹੈ ਤੇ ਹਾਰਟ ਨੂੰ ਬਲੱਡ ਸਪਲਾਈ ਘਟ ਜਾਂਦੀ ਹੈ ਤਾਂ ਉਸ ਕਰਕੇ ਹਾਰਟ ਦੇ ਅਟੈਕ ਦੇ ਚਾਂਸਸ ਵੱਧ ਰਹੇ ਹਨ ਅੰਝਕਲ ਤੇ ਯੰਗ ਪੇਸ਼ੈਂਟ ਨੂੰ ਵੀ ਹਾਰਟ ਦੇ ਅਟੈਕ ਦੇ ਇਨਸੀਡੈਂਟਸ ਵੱਧ ਰਹੇ ਕੀ ਲਗਾ ਕਿ ਤੁਹਾਨੂੰ ਆਪਣੀ ਜਿਹੜੀ ਡਾਈਟ ਆ ਉਹ ਕਿਸ ਤਰੀਕ ਕਿਸ ਤਰੀਕ ਦੀ ਸਹੀ ਹੋਣੀ ਚਾਹੀਦੀ ਹੈ ਡਾਈਟ ਦੇ ਵਿੱਚ ਇੰਪੋਰਟੈਂਟ ਇਹ ਹੈਗਾ ਕਿ ਐਨੀਮਲ ਫੈਟ ਕਮ ਹੋਣੇ ਚਾਹੀਦੇ ਵੈਜੀਟੇਬਲ ਫੈਟ ਜ਼ਿਆਦਾ ਹੋਣੇ ਚਾਹੀਦੇ ਮਤਲਬ ਤੁਸੀਂ ghee ਤੇ red meat ਇੱਕ ਘੱਟ ਹੋਣਾ ਚਾਹੀਦਾ ਐ ਤੇ ਵੈਜੀਟੇਬਲ ਆਇਲ ਲੈ ਸਕਦੇ ਹੋ ਫਰੂਟ ਸਲਾਦ ਸਬਜ਼ੀ ਜ਼ਿਆਦਾ ਲੈਣਾ ਚਾਹੀਦਾ ਔਰ ਰਾਤ ਦਾ ਖਾਣਾ ਹਲਕਾ ਲੈਣਾ ਚਾਹੀਦਾ ਜੋ ਵੀ ਰਾਤ ਦਾ ਖਾਣਾ ਖਾ ਰਹੇ 7-8 ਵਜੇ ਤੱਕ ਖਾ ਕੇ ਬਾਕੀ ਅਗਰ ਰਾਤੀ ਭੁੱਖ ਲੱਗ ਰਹੀ ਹੈ ਲੇਟ ਤੱਕ ਕੰਮ ਕਰਨਾ ਹੈ ਤਾਂ ਕੁਝ ਸਲਾਦ ਖਾ ਸਕਦੇ ਆਂ ਦੁੱਧ ਪੀ ਸਕਦੇ ਮਲਾਈ ਉਤਾਰ ਕੇ ਤਾਂ ਰਾਤੀ ਖਾਣਾ ਹਲਕਾ ਰਹੇਗਾ ਸਵੇਰੇ ਐਕਸਰਸਾਈਜ਼ karenge 1/2 ਘੰਟਾ ਤਾਂ ਹੈਲਥੀ ਰਹੇਗੇ ਬਹੁਤ سارے ਲੋਕੇ ਇਹ ਚੀਜ਼ਾਂ ਸੋਚਦੇ ਆ ਕਿ ਅਸੀਂ ਵੈਜੀਟੇਬਲ ਸਾਡੇ ਖਾਏ ਅਸੀਂ ਨਾਨ ਵੈਜ ਖਾਂਦੇ ਆ ਨਾ ਵੀ ਸ਼ਾਇਦ ਉਹ ਚੀਜ਼ ਸਾਡੀ ਸਿਹਤ ਵਾਸਤੇ ਸਾਡੀ ਬੋਡੀ ਵਾਸਤੇ ਸਹੀ ਹੈਗੀ ਤੁਸੀਂ ਕੀ ਮੰਨਦੇ ਹੋ ਕਿ ਨਾਨ ਵੈਜੀਟੇਰੀਅਨ ਡੈਫੀਨਿਟਲੀ ਅੱਛਾ ਰਹਿੰਦਾ ਹੈ ਕਿਉਂਕਿ ਉਸ ਦੇ ਵਿੱਚ ਪ੍ਰੋਟੀਨ ਦਾ ਕੰਟੈਂਟ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਕਾਰਬੋਹਾਈਡਰੇਟ ਜੋ ਹੁੰਦਾ ਹੈ ਉਹ ਜੋ ਵੈਜੀਟੇਬਲ ਵੈਜੀਟੇਰੀਅਨ ਡਾਈਟ ਦੇ ਵਿੱਚ ਜ਼ਿਆਦਾ ਹੁੰਦਾ ਹੈ ਕਿ ਤੁਸੀਂ ਰੋਟੀ ਜ਼ਿਆਦਾ ਖਾ ਰਹੇ ਹੋ ਚਾਵਲ ਜ਼ਿਆਦਾ ਖਾ ਰਹੇ ਹੋ ਤਾਂ ਤਾਂ ਕਾਰਬੋਹਾਈਡਰੇਟ ਜੋ ਹੈ ਉਹ ਫੈਟ 'ਚ ਕਨਵਰਟ ਹੋ ਜਾਂਦਾ ਹੈ ਔਰ ਆਰਟਰੀ ਦੇ ਵਿੱਚ ਬਲੌਕੇਜ ਕਰਦਾ ਹੈ ਨਾਨ ਵੈਜ ਫੂਡ ਦੇ ਵਿੱਚ ਦਾ ਬਟ ਨਾਨਵੇਜ ਫੂਡ ਦੇ ਵਿੱਚ ਵੀ ਸਿਲੈਕਟ ਕਰਨਾ ਪੈਂਦਾ ਅਸੀਂ ਰੈਡ ਮੀਟ ਖਾਣ ਨੂੰ ਨਹੀਂ ਕਹਿ ਰਹੇ ਅਸੀਂ ਤੁਸੀਂ ਫਿਸ਼ ਫਿਸ਼ ਖਾ ਸਕਦੇ ਆ ਜਾਂ ਜਿਹਦੇ ਵਿੱਚ ਨਾਨਵੇਜ ਦੇ ਵਿੱਚ ਫੈਟ ਕਮ ਹੈ ਉਹ ਖਾ ਸਕਦੇ ਆ ਹੈਨਾ ਡਰਾਈ ਖਾ ਸਕਦੇ ਆ ਨਾਨਵੇਜ ਜੀ ਹੈਨਾ ਇਸ ਤਰ੍ਹਾਂ ਦਾ ਨਾਨਵੇਜ ਫੂਡ ਠੀਕ ਰਹਿੰਦਾ ਹੈ ਕੋਸ਼ਿਸ਼ ਕਰੀਏ ਕਿ ਆਪਾਂ ਜਿਹੜਾ ਰੈਡ ਜਿਹੜਾ ਉਹ ਨਾ ਹੀ ਲਈਏ ਐਗਜੈਕਟਲੀ ਸੋ ਸਰ ਕੀ ਜਦਾਂ ਕਿ ਤੁਸੀਂ ਕੀ ਸਾਡੇ ਸੁਣ ਸੁਤੇ ਸੁਣਦੇ ਨੇ ਕੀ ਮੈਸੇਜ ਉਹਨਾਂ ਨੂੰ ਕੀ ਦਵੋਗੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅ ਨਈ ਟੈਕਨੀਕਸ ਨਾਲ ਹਾਰਟ ਦੀ ਸਰਜਰੀ ਕਾਫੀ ਸਿੰਪਲ ਹੋ ਗਈ ਹੈ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ ਉਹ ਡਰ ਕੇ ਘਰ ਨਾ ਬੈਠੇ ਰਹਿਣ ਸਾਡੇ ਕੋਲ ਲੇਟ ਸਟੇਜ ਤੇ ਪੇਸ਼ੈਂਟ ਆਂਦੇ ਹਨ ਤਾਂ ਉਹਨਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਟਾਈਮ ਨਾਲ ਅਗਰ ਪੇਸ਼ੈਂਟ ਆਂਦੇ ਹਨ ਤਾਂ ਉਹਨਾਂ ਦਾ ਕਿਫਾਇਤੀ ਇਲਾਜ ਅੱਛੇ ਨਾਲ ਕੀਤਾ ਜਾ ਸਕਦਾ ਹੈ ਜਹਾਂ ਤੱਕ ਪ੍ਰੀਵੈਂਸ਼ਨ ਦੀ ਗੱਲ ਹੈਗੀ ਬਚਣ ਦੀ ਗੱਲ ਹੈਗੀ ਤਾਂ ਐਕਸਰਸਾਈਜ਼ ਕਰੋ ਸਵੇਰੇ ਤੇ ਡਾਈਟ ਜੋ ਮੈਂ ਬਤਾਈ ਹੈ ਉਹ ਲਿਓ ਤੁਸੀਂ ਬਚੇ ਰਹੋਗੇ ਹਾਰਟ ਦੀ ਬਿਮਾਰੀ ਤੋਂ ਸਰ ਜਿੱਦਾਂ ਕਿ ਨਾ ਆਪਾਂ ਸਾਡੇ ਸਰੋਤਿਆਂ ਨੂੰ ਅਸੀਂ ਦੱਸਾਂਗੇ ਕਿ ਉਹ ਬੱਚੀ ਦਾ ਆਪਰੇਟਿੰਗ ਉਹਨੇ ਬਿਲਕੁਲ ਫਰੀ ਦੇ ਵਿੱਚ ਕੀਤਾਗਾ ਬਹੁਤ ਸਾਰੇ ਲੋਕਾਂ ਦੀ ਜ਼ਹਿਨ 'ਚ ਇਹ ਵੀ ਹੁੰਦਾ ਕਿ ਅਸੀਂ ਹਾਰਟ ਦਾ ਆਪਰੇਟ ਕਰਾਉਣਾ ਪਤਾ ਨਹੀਂ ਕਿੰਨਾ ਖਰਚ ਆਏਗਾ ਹਨਾ ਇਹ ਵੀ ਚੀਜ਼ ਤੋਂ ਡਰ ਜਾਂਦੇ ਕਿ ਇਦਾਂ ਹਾਂਜੀ ਅੰਜੋਸੀ ਬੱਚਾ ਕੀਤਾ ਉਹ ਤਾਂ ESI ਦਾ ਪੇਸ਼ੈਂਟ ਸੀਗਾ ਤਾਂ ESI ਤੋਂ ਪੇਸ਼ੈਂਟ ਦੇ ਮਾਪੇ ਦਾ ਕੋਈ ਖਰਚਾ ਨਹੀਂ ਲੱਗਿਆ ਪਰ ਜਿਨ੍ਹਾਂ ਦੇ ਵਿੱਚ ESI ਦਾ ਕਾਰਡ ਨਹੀਂ ਹੈ ਜਾਂ ਆਯੁਸ਼ਮਾਨ ਦਾ ਕਾਰਡ ਨਹੀਂ ਹੈ ਅਸੀਂ ਆਯੁਸ਼ਮਾਨ ਦੇ ਵਿੱਚ ਵੀ ਕਾਫੀ ਆਪਰੇਸ਼ਨ ਕਰਦੇ ਹਾਂ ਤਾਂ ਉਹਨਾਂ ਦੇ ਉਹਨਾਂ ਦਾ ਆਪਰੇਸ਼ਨ ਕਰੀ ਫਾੜ ਦੇ ਆਪਰੇਸ਼ਨ ਦੇ ਵਿੱਚ ਨਾਰਮਲ 2.5 ਲੱਖ ਤੋਂ 2.5 ਲੱਖ ਦੇ ਵਿੱਚ ਆਪਰੇਸ਼ਨ ਹੋ ਜਾਂਦਾ ਹੈ ਬਹੁਤ ਮਹਿੰਗਾ ਨਹੀਂ ਹੁੰਦਾ ਉਹਦੇ ਵਿੱਚ ਕੰਪਲੀਟ ਪੈਕੇਜ ਹੁੰਦਾ ਐਕਸਟਰਾ ਖਰਚਾ ਕੋਈ ਨਹੀਂ ਆਉਂਦਾ ਉਹਨਾਂ ਦਾ ਵਿਦ ਮੈਡੀਸਿਨਸ ਸੋ ਥੈਂਕ ਯੂ ਸਰ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਥੈਂਕ ਯੂ